ਇਹ ਜਿਹੜਾ ਮੈਂ ਲੈ ਕੇ ਆਇਆ ਕਨਸੈਪਟ ਜਿਹੜਾ ਲੈ ਕੇ ਆਇਆ ਬਟਾਲੇ ਦੇ ਵਿੱਚ ਇੱਕ ਮੇਰਾ ਡ੍ਰੀਮ ਵੀ ਸੀਗਾ ਔਰ ਇਹਦੇ ਪਿੱਛੇ ਬਹੁਤ ਸਟਰੈਗਲ ਵੀ ਹੈ। ਅੱਜ ਦੀ ਦੁਨੀਆ ਜਿਹੜੀ ਆ ਉਹ ਸਟੋਰੀਜ਼ ਦੇਖਦੀ ਆ, ਗਲੋਰੀਜ਼ ਦੇਖਦੀ ਆ, ਸਟੋਰੀ ਕਦੀ ਨਹੀਂ ਦੇਖਦੀ। ਮੈਂ ਹਮੇਸ਼ਾ ਹੀ ਐਕਸਪਲੇਨ ਕਰਦਾ ਕਿੱਥੇ ਵੀ ਜਾਵਾਂ ਜਿੱਥੇ ਵੀ ਪਹੁੰਚਾਂ ਔਰ ਮੈਂ ਆਪਣੀ ਟੈਸਟਮਨੀ ਯੂਰ ਸ਼ੇਅਰ ਕਰਦਾ ਵੀ ਯਾਰ ਇਨਸਾਨ ਦੀ ਗਲੋਰੀ ਤੁਸੀਂ ਦੇਖਦੇ ਹੋ ਕਦੇ ਸਟੋਰੀ ਵੀ ਚੈੱਕ ਕਰਿਆ ਕਰੋ। ਔਰ ਇਹਦੇ ਪਿੱਛੇ ਹੁਣ ਮੈਂ ਆਪਣੀ ਗਲੋਰੀ ਤਾਂ ਤੁਸੀਂ ਦੇਖ ਚੁੱਕੇ, ਹੁਣ ਸਟੋਰੀ ਦਾ ਸੁਣੋ ਤੁਸੀਂ। ਸਟੋਰੀ ਇਸ ਤਰੀਕੇ ਦੀ ਸੀਗੀ ਵੀ ਸਾਡੇ ਡੈਡ ਜਿਹੜੇ ਸੀਗੇ ਉਹ ਇੱਕ ਰਾਜ ਮਿਸਤਰੀ ਸੀਗੇ, ਠੀਕ ਹੈ ਜੀ, ਔਰ ਉਹਨਾਂ ਨੇ ਬਹੁਤ ਹਾਰਡ ਵਰਕ ਕੀਤਾ ਸਾਡੇ ਲਈ। ਔਰ ਜਦੋਂ ਉਹ ਮਿਹਨਤ ਕਰਨ ਜਾਂਦੇ ਸੀਗੇ ਤਾਂ ਸਾਡਾ ਦਿਲ ਵੀ ਸਾਡਾ ਰੋਂਦਾ ਸੀਗਾ ਵੀ ਸਾਡੇ ਫਾਦਰ ਸਾਹਿਬ ਇੰਨੇ ਹਾਰਡ ਵਰਕ ਕਰਕੇ ਸਾਨੂੰ ਸਟੱਡੀ ਕਰਵਾ ਰਹੇ ਨੇ। ਪਲੱਸ ਟੂ ਤੋਂ ਬਾਅਦ ਅਸੀਂ ਥੋੜ੍ਹੇ ਹੋਸ਼ ਸੰਭਾਲਿਆ ਆਪਣਾ ਔਰ ਫਾਦਰ ਸਾਹਿਬ ਨਾਲ ਮਜ਼ਦੂਰੀ ਕੀਤੀ। ਉਸ ਤੋਂ ਬਾਅਦ ਬਟਾਲੇ ਵਿੱਚ ਆਏ, ਬਟਾਲੇ ਵਿੱਚ ਸਾਨੂੰ ਇੱਕ ਕੋਈ ਲੋਕਲ ਜਿਹੜੇ ਕੈਪਟਨਸ ਹੁੰਦੇ ਸੀ ਵੇਟਰ ਦਾ ਕੰਮ ਕਰਦੇ, ਵੇਟਰ ਲਾਈਨ 'ਚ ਲੈ ਕੇ ਆਏ। ਵੇਟਰ ਲਾਈਨ 'ਚ ਜਦੋਂ ਮੈਂ ਆਇਆ ਸੀਗਾ ਵੇਟਰ ਲਾਈਨ ਤੋਂ ਬਾਅਦ ਮੈਂ ਦੇਖਿਆ ਵੀ ਮੈਨੇਜਰ ਦੀ ਸਟੈਂਡਰਡ ਐਟੀਟਿਊਡ ਨੂੰ ਦੇਖਿਆ ਔਰ ਕੈਟਰਸ ਨੂੰ ਦੇਖਿਆ ਵੀ ਕਿਸ ਤਰ੍ਹਾਂ ਕੰਮ ਕਰਦੇ ਨੇ। ਉਸ ਤੋਂ ਬਾਅਦ ਮੈਂ ਆਪਣੇ ਮਨ ਦੇ ਵਿੱਚ ਠਾਣ ਲਿਆ ਵੀ ਯਾਰ ਮੈਂ ਇਸ ਲਾਈਨ ਦੀ ਡਿਗਰੀ ਕਰਨੀ ਹੈ। ਮਨ 'ਚ ਠਾਣ ਲਿਆ, ਪਰ ਮੈਂ ਜਦੋਂ ਘਰ ਵਿੱਚ ਗਿਆ ਤਾਂ ਘਰ ਦੀਆਂ ਜੋ ਫਾਈਨੈਂਸ਼ਲੀ ਕੰਡੀਸ਼ਨਸ ਨੇ ਉਹ ਮੈਂ ਦੇਖ ਕੇ ਆਪਣੇ ਫਾਦਰ ਸਾਹਿਬ ਨੂੰ ਐਕਸਪਲੇਨ ਨਹੀਂ ਕਰ ਪਾਇਆ। ਪਰ ਜਦੋਂ ਪਲੱਸ ਟੂ ਤੋਂ ਬਾਅਦ ਮੇਰੇ ਫਾਦਰ ਸਾਹਿਬ ਨੇ ਖੁਦ ਹੀ ਪੁੱਛ ਲਿਆ, ਪੁੱਤ ਉਸ ਤੋਂ ਬਾਅਦ ਤੂੰ ਕਰਨਾ ਕੀ ਚਾਹੁੰਦਾ ਹੈ? ਮੈਂ ਕਿਹਾ ਡੈਡ ਛੱਡੋ ਯਾਰ, ਅਸੀਂ ਸਟੱਡੀ ਕਰਨੀ ਨਹੀਂ ਅੱਗੇ ਕਿਉਂਕਿ ਸਾਡੇ ਕੋਲ ਇੰਨੀ ਇਕਾਤ ਹੈਸ਼ੀਅਤ ਨਹੀਂ ਹੈ ਵੀ ਆਪਾਂ ਡਿਗਰੀਆਂ ਕਰ ਸਕੀਏ। ਫਿਰ ਫਾਦਰ ਸਾਹਿਬ ਨੇ ਕਿਹਾ ਪੁੱਤ ਤੂੰ ਦੱਸ ਸਹੀ ਕਰਨਾ ਕੀ ਚਾਹੁੰਦਾ? ਮੈਂ ਕਿਹਾ ਮੈਂ ਇਸ ਲਾਈਨ ਦੀ ਮਾਸਟਰ ਡਿਗਰੀ ਕਰਨਾ ਚਾਹੁੰਦਾ। ਮੇਰੇ ਫਾਦਰ ਸਾਹਿਬ ਨੇ ਰਾਤੋਂ ਰਾਤ ਪੈਸਿਆਂ ਦਾ ਇੰਤਜ਼ਾਮ ਕੀਤਾ, ਐਡਮਿਸ਼ਨ ਦਿਲਾਈ, ਸਾਰੇ ਇੰਤਜ਼ਾਮ ਕੀਤੇ। ਉਸ ਤੋਂ ਬਾਅਦ ਹੌਲੀ 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 ਸਟੈਪ ਬਾਈ ਸਟੈਪ ਮੈਂ ਡਿਗਰੀ ਕਰਕੇ ਬਟਾਲੇ ਦੇ ਵਿੱਚ ਮੈਨੂੰ ਤੁਰੰਤ ਇਮੀਡੀਏਟਲੀ ਮੈਨੇਜਰ ਦੀ ਪੋਸਟ ਮਿਲੀ ਹੌਲੀ। ਫਿਰ ਉਸ ਤੋਂ ਬਾਅਦ ਕੈਟਰਿੰਗ ਦਾ ਬਿਜ਼ਨਸ ਸ਼ੁਰੂ ਕੀਤਾ। ਕੈਟਰਿੰਗ ਦੇ ਬਿਜ਼ਨਸ ਤੋਂ ਬਾਅਦ ਆਪਣੇ ਸਿਰ ਦੇ ਵਿੱਚ, ਆਪਣੇ ਸਿਰ 'ਤੇ ਆਪਣੀ ਹੱਥਾਂ ਦੀ ਕਮਾਈ ਦੇ, ਉਸ ਮਾਂ ਬਾਪ ਦੀ ਸਿੱਖਿਆ ਲੈ ਕੇ, ਉਸ ਪਰਮੇਸ਼ਰ ਦਾ ਓਟ ਆਸਰਾ ਲੈ ਕੇ ਫਿਰ ਮੈਂ ਇਸ ਜਰਨੀ ਨੂੰ ਆਪਣਾ ਪੂਰਾ ਕਰਨਾ ਸ਼ੁਰੂ ਕਰ ਦਿੱਤਾ। ਇਸ ਸਫਲਤਾ ਨੂੰ ਮਨ ਦੇ ਵਿੱਚ ਠਾਣ ਲਿਆ ਵੀ ਮੈਂ ਸਫਲਤਾ ਪਾਣੀ ਹੈ। ਉਸ ਤੋਂ ਬਾਅਦ ਮੈਂ ਇਸ ਜਗ੍ਹਾ 'ਤੇ, ਇਸ ਬਟਾਲੇ ਦੇ ਵਿੱਚ ਆਪਣਾ ਘਰ ਬਣਾਇਆ, ਆਪਣੀਆਂ ਗੱਡੀਆਂ ਲਈਆਂ ਔਰ ਸਭ ਕੁਝ ਅਵੇਲੇਬਲ ਹੈ। ਔਰ ਇਸ ਪਰਮੇਸ਼ੁਰ ਦੀ ਕਿਰਪਾ, ਉਹਦੇ ਓਟ ਆਸਰੇ ਦੇ ਨਾਲ ਔਰ ਆਪਣੇ ਮਾਂ ਬਾਪ ਦਾ ਉਹ ਦੇਖ ਕੇ ਹਿਰਦਾ, ਉਹ ਕੰਮ ਦੇਖ ਕੇ ਅੱਜ ਉਹ ਮਾਣ ਮਹਿਸੂਸ ਕਰਦੇ ਨੇ ਵੀ ਵਾਕਿਆ ਯਾਰ ਸਾਡੇ ਬੱਚੇ ਕੁਝ ਬਣ ਗਏ ਨੇ। ਇਹ ਦਿਲ ਨੂੰ ਤਸੱਲੀ ਹੁੰਦੀ ਹੈ। ਔਰ ਮੈਂ ਹੁਣ ਅੱਜ ਦੀ ਡੇਟ 'ਚ ਤੁਸੀਂ ਦੇਖਦੇ ਹੋ, ਅੱਜ ਦੀ ਡੇਟ ਤੋਂ ਜਿੱਦਾਂ ਮੈਂ ਪਲੱਸ ਟੂ ਕੀਤੀ ਉਸ ਟਾਈਮ ਇੰਨਾ ਟ੍ਰੈਂਡ ਨਹੀਂ ਸੀਗਾ, ਜਿਹਨੂੰ ਲਾ ਲਓ ਵੀ ਬਾਹਰ ਜਾਣ ਦਾ ਇੰਨਾ ਕਰੇਜ਼ ਨਹੀਂ ਸੀਗਾ। ਹੁਣ ਦੇ ਇੱਕ ਇੱਕ ਜਨ ਨੂੰ ਪੁੱਛ ਲਓ ਜਿਹੜਾ ਪਲੱਸ ਟੂ ਕਰਦਾ ਜਾਂ ਅੱਠਵੀਂ 'ਚ ਵੀ ਆ, ਉਹ ਵੀ ਕਹਿੰਦਾ ਮੈਂ ਪਲੱਸ ਟੂ ਤੋਂ ਬਾਅਦ ਬਾਹਰ ਹੀ ਜਾਣਾ, ਮੈਂ ਇੱਥੇ ਰਹਿਣਾ ਨਹੀਂ, ਮੈਂ ਨੌਕਰੀ ਨਹੀਂ ਕਰਨੀ। ਪਰ ਮੈਂ ਇਹ ਦੱਸਣਾ ਚਾਹੁੰਦਾ ਵੀ ਯਾਰ ਬਾਹਰ ਸਭ ਕੁਝ ਨਹੀਂ ਹੈਗਾ। ਤੁਸੀਂ ਆਪਣੇ ਮਾਂ ਬਾਪ ਛੱਡ ਕੇ ਜਾਂਦੇ ਜਿਹੜੇ ਕਰੋੜਾਂ ਦੇ ਨੇ, ਅਰਬਾਂ ਦੇ, ਉਹਨਾਂ ਦੀ ਕੀਮਤ ਵੀ ਨਹੀਂ ਹੈਗੀ ਤੁਸੀਂ ਅਦਾ ਕਰ ਸਕਦੇ। ਉਹਨਾਂ ਨੂੰ ਤੁਸੀਂ ਛੱਡ ਕੇ ਚਲੇ ਜਾਂਦੇ ਹੋ ਰੁਪਈਆ 2-2.5 ਲੱਖ ਕਮਾਉਣ ਦੇ ਚੱਕਰ 'ਚ, ਵੀ ਅਸੀਂ 2-2.5 ਲੱਖ ਕਮਾ ਲਾਂਗੇ ਆਪਣਾ ਲਾਈਫ ਸਟਾਈਲ ਬਣਾਉਣ ਦੇ ਚੱਕਰ 'ਚ। ਮੈਂ ਇਹ ਅਪੀਲ ਕਰਦਾ ਯਾਰ ਸਭ ਕੁਝ ਇਸ ਜਗ੍ਹਾ 'ਤੇ ਹੈਗਾ, ਅਸੀਂ ਵੀ ਸਟਰੈਗਲ ਕੀਤਾ, ਇੱਥੋਂ ਤੱਕ ਪਹੁੰਚੇ ਹਾਂ, ਅੱਜ ਮਾਲਕ ਦੀ ਕਿਰਪਾ ਨਾਲ ਸਭ ਕੁਝ ਹੈਗਾ। ਜਿਹੜਾ ਫੋਰਨ ਵਾਲੇ ਬੰਦੇ ਕੋਲ ਆ, ਭਾਵੇਂ ਉਹ 5 ਸਾਲ ਤੋਂ 10 ਸਾਲ ਤੋਂ ਕੰਮ ਕਰ ਰਹੇ ਹਾਂ, ਅਸੀਂ ਵੀ ਇੱਥੇ ਜਗ੍ਹਾ 'ਤੇ ਕੰਮ ਕਰ ਰਹੇ ਪਰ ਸਾਡਾ ਲੈਵਲ ਇੱਕੋ ਹੀ ਆ, ਠੀਕ ਹੈ ਜੀ। ਮੈਂ ਇਹੀ ਅਪੀਲ ਕਰਨਾ ਚਾਹੁੰਦਾ ਵੀ ਤੁਸੀਂ ਇੱਧਰ ਧਿਆਨ ਦਿਓ, ਜਿਹੜਾ ਪੈਸਾ ਤੁਸੀਂ ਉਹ ਤਾਂ ਅੰਬੈਸੀਆਂ 'ਚ ਦੇ ਰਹੇ ਹੋ, ਇੱਥੇ ਆਪਣੇ ਬਿਜ਼ਨਸ 'ਤੇ ਲਾਓ, ਸਭ ਕੁਝ ਹੈਗਾ, ਸਭ ਕੁਝ ਹੈਗਾ। ਮੈਂ ਸਰ ਬਹੁਤ ਵਧੀਆ, ਮੈਂ ਇੱਦਾਂ ਦਾ ਕੋਨਸੈਪਟ ਸਰ ਅਸੀਂ TV ਦੇ ਵਿੱਚ ਵੇਖਦੇ ਹਾਂ ਜਾਂ ਫੋਰਨ ਦੇ ਵਿੱਚ ਵੇਖਦੇ, ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਬਟਾਲੇ ਨੂੰ ਵੀ ਇੱਕ ਇਹੋ ਜਿਹੀ ਸੌਗਾਤ ਮਿਲੀ ਹੈ। ਜੋ ਟੇਸਟ ਸਰ ਅਸੀਂ ਨੋਰਮਲ ਲੈ ਕੇ ਚੱਲਦੇ ਰੈਸਟੋਰੈਂਟ ਦੇ ਵਿੱਚ, ਅਸੀਂ ਸਾਨੂੰ ਹਰ ਚੀਜ਼ ਪਰਫੈਕਟ ਮਿਲ ਗਿਆ, ਕਿਉਂਕਿ ਮੈਂ ਵੀ ਆਉਂਦਾ ਜਾਂਦਾ ਰੈਸਟੋਰੈਂਟ ਦੇ ਵਿੱਚ। ਜਿੱਦਾਂ ਕਿ ਤੁਸੀਂ ਆਵੇ ਸੋਦੋ ਸੌਸਿਸ ਦੀ ਗੱਲ ਕਰੀਏ, ਮਤਲਬ ਜੋ ਆਪਾਂ ਰੈਸਟੋਰੈਂਟ ਦੇ ਵਿੱਚ ਬਹਿ ਕੇ ਵੇਖਦੇ ਨਾ, ਅੱਜ ਸਾਨੂੰ ਉਹ ਸਟਰੀਟ ਫੂਡ ਦੇ ਵਿੱਚ ਮਿਲਿਆ। ਸਰਵਿਸ ਵੀ ਠੀਕ ਠਾਕ ਹੈ ਸਰ, ਅਜੇ ਫਸਟ ਡੇ ਹੈ ਸਾਡਾ ਇਹਨਾਂ ਦਾ, ਔਰ ਮੈਂ ਥੋੜ੍ਹਾ ਬਹੁਤ ਉਨੀਕ ਹੀ ਹੁੰਦਾ ਵਾ, ਬਟ ਫਿਰ ਵੀ ਓਵਰਆਲ ਬਹੁਤ ਵਧੀਆ।